ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਬਾਈ ਜੀ ਟੀਵੀ। ਹੌਸਲੇ ਹੋਵਣ ਬੁਲੰਦ ਤਾਂ ਇਨਸਾਨ ਕੀ ਕੁਛ ਨਹੀਂ ਕਰ ਸਕਦਾ। ਇਸੇ ਤਰ੍ਹਾਂ ਦਾ ਹੀ ਹੌਸਲਾ ਦੇਣ ਮਨੀਸ਼ਾ ਗਲਾਟੀ ਜੀ ਪਹੁੰਚੇ ਹਨ ਖਰੜ, ਇੱਕ ਹੈਂਡੀਕੈਪਡ ਲੇਡੀ ਨੂੰ ਹੌਸਲਾ ਅਫਜ਼ਾਈ ਕਰਨ, ਜੋ ਕਿ ਪਿਛਲੇ ਦਿਨਾਂ ਤੋਂ ਕੋਸਮੈਟਿਕ ਦੀ ਸ਼ੌਪ ਚਲਾ ਰਹੇ ਨੇ। ਅਜਿਹੇ ਲੋਕਾਂ ਨੂੰ ਮੋਟੀਵੇਟ ਕਰਨਾ ਅਤੇ ਉਹਨਾਂ ਨੂੰ ਮਿਲਣਾ, ਅਕਸਰ ਮਨੀਸ਼ਾ ਗੁਲਾਟੀ ਜੀ ਉਹਨਾਂ ਕੋਲ ਜਾਂਦੇ ਰਹਿੰਦੇ ਨੇ। ਆਓ ਦੇਖਦੇ ਹਾਂ ਆਪਾਂ ਉਹ ਵੀਡੀਓ। ਆਪਣੀ ਦੁਕਾਨ ਵੀ ਚਲਾ ਰਹੀ ਹੈ, ਇਸਦੇ ਨਾਲ ਨਾਲ ਘਰ ਵੀ ਚਲਾ ਰਹੀ ਹੈ, ਛੋਟਾ ਜਿਹਾ ਨਿੱਕਾ ਜਿਹਾ ਇਸਦਾ ਬੱਚਾ ਹੈ। ਹਾਲਾਂਕਿ ਘਰ ਦੇ ਹਾਲਾਤ ਅਜਿਹੇ ਸੀ ਜਿਸਦੇ ਚੱਲਦੇ ਹੋਏ ਇਹਨਾਂ ਨੂੰ ਮਜਬੂਰਨ ਇੱਥੇ ਦੁਕਾਨ ਲਗਾਉਣੀ ਪਈ, ਅਤੇ ਅੱਜ ਮਨੀਸ਼ਾ ਮੈਮ ਇੱਥੇ ਪਹੁੰਚੇ ਨੇ ਉਹਨਾਂ ਦੀ ਹੈਲਪ ਦੇ ਲਈ। ਸਾਡੇ ਬਾਹਰ ਬੈਠੇ ਫੋਰਨ ਵਿੱਚ ਬੱਚੇ ਮੈਨੂੰ ਬਹੁਤ ਮੈਸੇਜਿਸ ਕਰਦੇ ਰਹਿੰਦੇ ਨੇ ਕਿ ਮੈਮ ਕੋਈ ਹੈਲਪ ਚਾਹੀਦੀ ਹੈ, ਦੱਸੋ ਕੋਈ ਹੈਲਪ, ਤੁਸੀਂ ਜਿਹੜੇ ਫੀਲਡ ਵਿੱਚ ਜਾਂਦੇ ਹੋ। ਅੱਜ ਮੈਂ ਆਪਣੇ ਪੰਜਾਬ ਦੀ ਮੀਡੀਆ ਥਰੂ ਪੂਰੇ ਪੰਜਾਬ ਦੇ ਯੂਥ ਨੂੰ ਜਾਂ ਜਿਹੜੇ ਲੋਕ ਐਕਚੁਅਲ ਵਿੱਚ ਹੈਲਪ ਕਰਨਾ ਚਾਹੁੰਦੇ ਨੇ, ਥਰੂ ਖਰੜ ਐਡਮਿਨਿਸਟ੍ਰੇਸ਼ਨ ਇਸ ਬੱਚੀ ਨੂੰ ਇੱਕ ਬੜੀ ਮਦਦ ਦੀ ਜ਼ਰੂਰਤ ਹੈ। ਇਹ ਵਿਚਾਰੀ ਚੱਲ ਫਿਰ ਨਹੀਂ ਸਕਦੀ, ਵੀਲ ਚੇਅਰ 'ਤੇ ਮੇਰੇ ਕੋਲ ਚੱਕਰ ਕੱਟ ਰਹੀ ਸੀ ਹੈਲਪ ਲਈ। ਜਿਹੜੀ ਇਹਨੂੰ ਪ੍ਰੋਬਲਮਸ ਹੈਗੀਆਂ ਨੇ ਉਹਦੇ ਥਰੂ ਗਵਰਨਮੈਂਟ, ਮੈਂ ਜੋ ਸਾਡੇ ਪਰਸ ਬੰਦੇ ਨੇ ਆਪਾਂ ਇਹ ਪੂਰੀ ਕਰਾਂਗੇ। ਇਹਦਾ ਇੱਕ ਛੋਟਾ ਜਿਹਾ ਬੱਚਾ ਹੈ, ਬੱਚੇ ਦਾ ਟ੍ਰੀਟਮੈਂਟ PGI ਚੱਲ ਰਿਹਾ, ਬੱਚੇ ਨੂੰ ਵੀ ਹੈਲਪ ਦੀ ਜ਼ਰੂਰਤ ਹੈ। ਉਮੀਦ ਕਰਦੇ ਹਾਂ ਪੰਜਾਬ ਮੇਰਾ ਇਸ ਬੱਚੀ ਨੂੰ ਜਿਹਨੂੰ ਐਕਚੁਅਲ ਵਿੱਚ ਹੈਲਪ ਦੀ ਜ਼ਰੂਰਤ ਹੈ, ਇਹਦੀ ਮਦਦ ਕਰਨ ਲਈ ਅੱਗੇ ਆਉਣਗੇ। ਜਿਹੜੇ ਬਾਹਰ ਵਿਦੇਸ਼ਾਂ ਵਿੱਚ ਸਾਡੇ ਬੱਚੇ ਬੈਠੇ ਹੁੰਦੇ ਨੇ, ਮੈਨੂੰ ਬੜੇ ਸਾਰੇ ਵਟਸਐਪ ਮੈਸੇਜ ਕਰਦੇ ਨੇ, ਆਸਟ੍ਰੇਲੀਆ ਤੋਂ ਰੋਹਿਤ, UK ਤੋਂ ਗੁਰਪਾਲ ਉੱਪਲ, ਸਾਡੇ ਹਰਪ੍ਰੀਤ, ਬਹੁਤ ਸਾਰੇ ਲੋਕ ਮੈਨੂੰ ਮੈਸੇਜਿਸ ਕਰਦੇ ਨੇ। ਉਮੀਦ ਕਰਦੀ ਹਾਂ, ਅਪੀਲ ਕਰਦੀ ਹਾਂ ਕਿ ਇਸ ਬੱਚੀ ਲਈ ਮੇਰਾ ਪੰਜਾਬ ਅੱਗੇ ਹੱਥ ਵਧਾਏਗਾ। ਔਰ ਇਹਨੂੰ ਜਿਹੜੀਆਂ ਹੋਰ ਪ੍ਰੋਬਲਮਸ ਆ ਰਹੀਆਂ ਨੇ, ਇੱਥੋਂ ਲੋਕਲ ਤੋਂ ਬੜਾ ਹਿੰਮਤ ਦਿਖਾਈਏ, ਆਪਣਾ ਰੁਜ਼ਗਾਰ ਆਪਣੇ ਬੱਚੇ ਨੂੰ ਪਾਲਣ ਵਾਸਤੇ ਕਰਕੇ ਬੈਠੀ। ਸਰਕਾਰ ਨੂੰ ਅਪੀਲ ਕਰਾਂਗੇ, ਇਹਨੂੰ ਇੱਕ ਬੂਥ ਇਹਦੀ ਹਾਲਤ ਦੇਖਦੇ ਹੋਏ ਸਰਕਾਰ ਵੀ ਆਪਣਾ ਫਰਜ਼ ਨਿਭਾ ਲਈ ਅੱਗੇ ਆਏ। ਇਸ ਬੱਚੀ ਲਈ ਮੈਂ ਇਨੀਸ਼ੀਏਟਿਵ ਲਾਂਗੀ, ਆਪਾਂ ਸਰਕਾਰ ਨੂੰ ਸਟਰੋਂਗਲੀ ਰਿਕਮੈਂਡ ਕਰਾਂਗੇ ਔਰ ਪੂਰੀ ਕੋਸ਼ਿਸ਼ ਵੀ ਕਰਾਂਗੇ ਕਿ ਇਹਨੂੰ ਇੱਕ ਬੂਥ ਅਲਾਟ ਕਰ ਦਿੱਤਾ ਜਾਏ, ਜਿਹਦੇ ਨਾਲ ਆਉਣ ਵਾਲੇ ਟਾਈਮ ਵਿੱਚ ਇਹ ਬੜੀ ਸਟਰੋਂਗ ਹੈਗੀ ਹੈ। ਮੇਰੇ ਕੋਲ ਚੱਲ ਕੇ ਆਈ 2-3 ਵਾਰੀ, ਮੈਂ ਮਿਲੀ ਨਹੀਂ, ਅੱਜ ਫਿਰ ਇਹਨੇ ਹਿੰਮਤ ਦਿਖਾਈ, ਸਵੇਰੇ ਮੇਰੇ ਕੋਲ ਆਈ ਹੈ। ਪਰ ਮੈਨੂੰ ਕਿਹਾ ਮੈਂ ਆਪਣੀ ਆਫਿਸ ਦੀ ਟਾਈਮਿੰਗ ਤੋਂ ਬਾਅਦ ਮੈਂ ਪੱਕਾ ਆਵਾਂਗੀ। ਉਮੀਦ ਕਰਦੀ ਹਾਂ ਸਰਕਾਰ ਵੀ ਆਪਣਾ ਫਰਜ਼ ਨਿਭਾਉਂਦੇ ਹੋਏ ਇਸ ਬੱਚੀ ਲਈ ਹੱਥ ਅੱਗੇ ਅੱਗੇ ਵਧਾਏਗੀ, ਆਪਾਂ ਇਹਨੂੰ ਇੱਕ ਬੂਥ ਅਲਾਟ ਕਰਵਾ ਕੇ ਦੇਵਾਂਗੇ। ਬਾਕੀ ਜਿਹੜੀ ਇਹਦੀ ਹੋਰ
प्राइवेट तो कितों अपने बच्चे का ट्रीटमेंट करवाना चाहती है। उम्मीद करती हाँ पंजाब अगे आएगा अपना हाथ बधाएगा। मनीषा मैम अक्सर ये चीज़ तो देखी जाती है कि तुम इस तरीके से जो भी कोई चीज़ होंगी तुम अगे वट के आते हो और हमेशा हेल्प करते हो, इस चीज़ में जाने भी जाते हो और लोग हूँ थोड़ा स्पेशली कॉल और मैसेज करते हैं थोड़े तक पहुँच करते हैं और अजिही कुड़ियों के लिए शायद बहुत बड़ा मोटिवेशन हो। तुम देखो मैं तो पूरे पंजाब ही बहुत सारी इदा दच्चिया है जड़ियाँ थानू भी पता है, यह सारा क्रेडिट मीडिया में भी जाता है, मेरे तक पूरे पंजाब की जी एक्चुअल तस्वीर है नहीं आ पाती, पर इनका कि ना कि जी सा अज की मीडिया है क्रेडिट मीडिया में भी जाता है जरा मैं इतने तक लैके आता पहुँचा है। यह कुछ जो बड़े संजीदा साढ़े बच्चों रिलेट करते हैं मसले उन्हों तो अवेयर कराता है। मैं अपना फर्ज और मीडिया अपना फर्ज बखूबी निभा रहे हैं पर जिथे सरकारां दा फर्ज है वो सरकारां दा ही है। लेकिन मैम इतने कि असं इन्हों भी गल की सी कुछ तमाम इन्हों प्रॉब्लम आ रही है जिथे कि इन्हों की हेल्प आम लोगों आस पास के दुकानदारों भी करनी चाहिए और नहीं कर रहे समय तो इन्होंने परेशान किया जाता है जो पहुँच थोड़े तक होंगी उदो फिर एक्शन होंगे ने। ये चीज़ क्यों नहीं लोग समझ पा रहे कि अगर हेल्प की किसी को जरूरत है तो अगर बच्चे वो हेल्प करिए बड़ा दुखद है। बहुत दुखद है यह बच्ची लिए मैं मार्केट के जोड़े एसोसीएशन के प्रेजिडेंट होंगे उन्होंने मिलांगी गल करांगी कि इस बच्ची जी मजबूर है हमेशा सिचुएशन हूँ इदा की नहीं रहेगी। कमीशन नाल खड़ा होया मीडिया नाल खड़ी हुई है आप इन टच रहेंगे इतने के साथ जो DSP अफसर आए हुए हैं दीपक जी ड्यूटी इन्हें दीपक जी को सौंप दी जाएगी। बेटा तुम इन्हों का नंबर लैके रखना इनकेस एनी टाइम कोई प्रॉब्लम होंगी है तुम इन्हों कॉल करना ए प्रायोरिटी बेसिस से इस बच्ची को देखते रहेंगे। बाकी होर आप इस मार्केट एसोसीएशन के जो भी प्रेजिडेंट होंगे उन्होंने गल करांगे उम्मीद करांगे कि कितने ना कितने सम टाइम चीज़ा नहीं हेल्प हो पाती पर कोई गल नहीं देर हुई है आप ज़्यादा देर कभी नहीं हुई आ गए हैं इस बच्ची हेल्प करांगे। हौसला दिखाया इसने साढ़े तक पहुँचन का मेरे तक आई है इनू छोटी मोटी मुश्किल है इतने कोई तंग कर रहा है इनू इर्द गिर्द तो कोई गल नहीं इन्हें हिम्मत दिखाई है इनकी वो सारी प्रॉब्लम इन्हों की ड्यूटी लगा दी गई है। बाकी होर सरकार वालों होर कमीशन के जो फर्ज ने आप पूरे करा। हाँ जी।